ਨਸ਼ੇ ਦੀ ਰੋਕਥਾਮ ਲਈ ਚਲਾਈ ਗਈ ਮੁਹਿੰਮ ਤਹਿਤ ਪਠਾਨਕੋਟ ਪੁਲਿਸ ਵੱਲੋਂ ਐਕਸਾਈਜ਼ ਵਿਭਾਗ ਨੇ ਸਖਤ ਕਾਰਵਾਈ ਕਰਦੇ ਹੋਏ 27 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕੀਤੀਆਂ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਕਸਾਈਜ਼ ਵਿਭਾਗ ਦੇ ਇੰਸਪੈਕਟਰ JS ਰੰਧਾਵਾ ਨੇ ਦੱਸਿਆ ਕਿ ਸਾਨੂੰ ਸ਼ੱਕ ਸੀ ਕਿ ਇੱਥੇ ਨਜਾਇਜ਼ ਸ਼ਰਾਬ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਉਹਨਾਂ ਪਠਾਨਕੋਟ ਦੇ ਡਿਵੀਜ਼ਨ ਨੰਬਰ 1 ਦੇ SHO ਨੂੰ ਨਾਲ ਲੈ ਕੇ ਜਦੋਂ ਇਸ ਦੀ ਜਾਂਚ ਸ਼ੁਰੂ ਕੀਤੀ ਤਾਂ ਉਹਨਾਂ ਨੇ ਧਰਤੀ ਵਿੱਚੋਂ 5 ਸਟਾਰ ਬ੍ਰਾਂਡ ਦੀਆਂ 27 ਬੋਤਲਾਂ ਬਰਾਮਦ ਕੀਤੀਆਂ, ਜਿਨ੍ਹਾਂ ਨੂੰ ਕਬਜ਼ੇ ਵਿੱਚ ਲੈ ਲਿੱਤਾ ਗਿਆ ਹੈ। ਇਸ ਸੰਬੰਧੀ ਥਾਣਾ ਡਿਵੀਜ਼ਨ ਨੰਬਰ 1 ਵਿੱਚ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਹ ਸ਼ੱਕ ਦੇ ਆਧਾਰ ਤੇ ਸਾਨੂੰ ਇਹ ਸੀ ਵੀ ਇੱਥੇ ਕਾਫੀ ਸ਼ਰਾਬ ਪਾਉਂਦੀ ਹੈ ਔਰ ਇੱਥੋਂ ਹੀ ਬਾਹਰ ਸਪਲਾਈ ਵੀ ਕੀਤੀ ਜਾਂਦੀ ਹੈ ਕਾਰਾਂ ਦੇ ਥਰੂ। ਜਿੱਥੇ ਸ਼ੱਕ ਦੇ ਆਧਾਰ ਤੇ ਫਿਰ ਅਸੀਂ ਥਾਣਾ ਡਿਵੀਜ਼ਨ ਨੰਬਰ 1 SHO ਸਾਹਿਬ ਨਾਲ ਸੰਪਰਕ ਕੀਤਾ ਔਰ ਇੱਥੋਂ ਦੇ ਮੋਦਵਰ ਵਿਅਕਤੀ ਸਰਪੰਚ ਸਾਹਿਬ ਨੂੰ ਨਾਲ ਲੈ ਕੇ ਅਸੀਂ ਇਸ ਜਗ੍ਹਾ ਦਾ ਚਿੱਤਰਾ ਤੋੜ ਕੇ ਅੰਦਰੋਂ 5 ਸਟਾਰ ਦੀਆਂ ਜਿਹੜੀਆਂ ਅਰੁਣਾਚਲ ਪ੍ਰਦੇਸ਼ 'ਚ ਵਿਕਣ ਯੋਗ ਨੇ ਉਹ ਜ਼ਮੀਨ ਦੇ ਥੱਲਿਓਂ ਨੱਪੀਆਂ ਹੋਈਆਂ ਸੀ, ਜਿਹੜੀਆਂ ਅਸੀਂ 27 ਬੋਤਲਾਂ ਉਹ ਕੱਢੀਆਂ ਔਰ ਹੁਣ ਅਸੀਂ ਡਿਵੀਜ਼ਨ ਨੰਬਰ 1 ਦੇ ਵਿੱਚ ਇਹਨਾਂ ਨੂੰ ਪਰਚਾ ਜਿਹੜਾ ਉਹ ਦਰਜ ਕਰਾਂ। ਅਤੇ ਸਰ ਪਤਾ ਚੱਲ ਪਿਆ ਸ਼ਰਾਬ ਕਿਹਦੀ ਔਰ ਕਿੱਥੇ ਵੇਚਦੇ? ਇਹ ਹੁਣ ਕਾਰਵਾਈ ਜਿਹੜੀ ਅਗਲੀ ਹੋਏਗੀ ਉਹ ਤੋਂ ਪਤਾ ਲੱਗੇਗਾ।